ਬੇਅਦਬੀ ਮਾਮਲੇ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਇੱਕ ਵਾਰ ਫਿਰ ਖੜੇ ਕੀਤੇ ਆਪਣੀ ਹੀ ਸਰਕਾਰ ਤੇ ਸਵਾਲ। ਕਿਹਾ ਜਾਂਚ ਪੂਰੀ ਨਾ ਹੁੰਦਾ ਸਰਕਾਰ ਦੇਵੇ ਜਵਾਬ। ਦਾਖਾ ਜਿਮਣੀ ਚੋਣ ਨੂੰ ਲੈ ਕੇ ਬੋਲੇ ਕਾਂਗਰਸੀ ਲੀਡਰ ਕੇਵਲ ਸਿੰਘ ਢਿੱਲੋਂ। ਕਿਹਾ ਜੇਕਰ ਪਾਰਟੀ ਨੇ ਦਿੱਤਾ ਹੁਕਮ ਤਾਂ ਜ਼ਰੂਰ ਲੜਨਗੇ ਦਾਖਾ ਤੋਂ ਚੋਣ। ਹੜ੍ਹ ਦੀ ਚਪੇਟ 'ਚ ਆਏ ਸੁਲਤਾਨਪੁਰ ਲੋਧੀ ਦੇ ਇਲਾਕਿਆਂ ਦੇ ਪਿੰਡਾਂ ਦਾ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕੀਤਾ ਦੌਰਾ। ਐਂਬੂਲੈਂਸ ਅਤੇ ਡਾਕਟਰਾਂ ਦੀ ਟੀਮ ਨਾਲ ਲੈ ਕੇ ਲੋਕਾਂ ਨੂੰ ਵੰਡੀਆਂ ਦਵਾਈਆਂ। ਸੁਖਬੀਰ ਬਾਦਲ ਖਿਲਾਫ਼ ਲੋਕ ਸਭਾ ਚੋਣ ਲੜਨ ਵਾਲੇ ਆਜ਼ਾਦ ਉਮੀਦਵਾਰ ਨੇ ਸੁਖਬੀਰ ਬਾਦਲ ਖਿਲਾਫ਼ ਅਦਾਲਤ 'ਚ ਪਾਈ ਪਟੀਸ਼ਨ। ਕਿਹਾ ਸੁਖਬੀਰ ਬਾਦਲ ਨੇ ਚੋਣਾਂ 'ਚ 70 ਲੱਖ ਤੋਂ ਜ਼ਿਆਦਾ ਦਾ ਕੀਤਾ ਖਰਚ। ਜੀਰਕਪੁਰ 'ਚ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ। ਨਕਲੀ ਨੋਟਾਂ ਦੀਆਂ ਥੱਪੀਆਂ ਵੀ ਕੀਤੀਆਂ ਬਰਾਮਦ।